ਪਾਰਸ ਨੇ ਬਣਵਾ ਲਏ ਅੱਜ ਕੱਲ ਕਰੇ ਲਿਆ ਉਹ ਕੰਮ। ਮੇਲੇ ਦੇ ਵਿੱਚ ਕੁਛ ਚੰਗਾ ਵੀ ਹੋਇਆ ਤੇ ਕੁਛ ਮਾੜਾ ਵੀ ਹੋਇਆ। ਮਾੜਾ ਇਹ ਹੋਇਆ ਸੀ ਕਿ ਸਾਡੇ ਤਾਂ ਸਟਾਲ ਲੱਗੇ ਹੋਏ ਆ ਅਲੱਗ ਅਲੱਗ। ਕਿਹੜੀ ਚੀਜ਼ ਆ ਜਿਹੜੀ ਤੁਹਾਨੂੰ ਉੱਥੋਂ ਨਹੀਂ ਮਿਲੂਗੀ? ਜਾ ਜੀਆ ਤੂੰ ਵੀ ਆ ਦੇਖੋ, ਜੋੜੀ ਜਾ ਰਹੀ ਆ ਸਾਡੀ ਜੀਆ ਤੇ ਸਾਕਸ਼ੀ। ਕਿਸੇ ਨੇ ਕੁਛ ਠੰਡਾ ਪੀਣਾ ਹੋਵੇ ਤਾਂ ਇੱਧਰ ਲੱਗਾ ਹੋਇਆ ਟੈਂਟ, ਕਿਉਂਕਿ ਰਾਤ ਨੂੰ ਇੱਧਰ ਸਟੇਜ ਹੁੰਦੀ ਆ ਤੇ ਇੱਧਰ ਲੱਗੇ ਹੋਏ ਆ ਸਟਾਲ। ਇਹ ਡਮਰੂ ਸ਼ਮਰੂ ਮਾਲਾ ਕੀ ਸਿਰਫ ਇੱਦਾਂ ਹੀ ਰਹਿਣੀ ਆ ਨਾ? ਕੀ ਰਹਿਣੀ ਆ? ਹਾਂ ਉਹੀ ਮੈਂ ਦੇਖ ਲਓ ਵੀ ਦੇਖਣਾ ਇਹ ਇੱਦਾਂ ਹੀ ਆ। ਇਹ ਤੁਲਸੀ ਦੀ ਹਨਾ? ਆ ਦੇਖ ਤੇਰੀ ਮਾਲਾ ਵਾਲੀ। ਹਾਂ ਆਈ ਆ, ਉਹ ਕੱਢੇ ਹੁੰਦੀ ਆ ਮੇਰੇ ਪਾਸ ਲੈ ਲਾ ਮੰਮਾ। ਹਾਂ ਦੇਖੋ ਕੁੜੀਆਂ ਗੁਬਾਰੇ ਵੇਚਦੀਆਂ ਛੋਟੀਆਂ ਛੋਟੀਆਂ। ਲੈ ਲਾ ਤੋ ਮਹਿਕ ਨੂੰ ਆਈ ਇਹ ਮਾਲਾ ਪਸੰਦ, ਇੱਕ ਦਿਖਾ ਜਰਾ ਤੁਲਸੀ ਦੀ ਮਾਲਾ। ਹੈਲੋ ਹਾਂ ਇਹ ਦਿਖਾਈ ਆਪਣੀ ਆਈਜ਼ ਦਿਖਾ ਜੀ ਆ ਸੱਖ, ਇਹਦੀਆਂ ਅੱਖਾਂ ਦੇਖੋ ਕਿੰਨੀਆਂ ਸੋਹਣੀਆਂ ਆ, ਬਹੁਤ ਕਿਊਟ ਆ ਇਹ। ਜੀਆ ਨੂੰ ਵੀ ਇੱਧਰ ਮਾਲਾ ਪਸੰਦ ਆ ਗਈ ਆ ਤੁਲਸੀ ਦੀ। ਪਾਓ ਪਾਓ ਵੱਡੀ ਆ, ਨਹੀਂ ਠੀਕ ਆ, ਵਧੀਆ ਲੱਗ ਰਹੀ ਆ, ਠੀਕ ਆ, ਨਹੀਂ ਠੀਕ ਹੀ ਲੱਗਦੀ ਆ ਨਾ ਪ੍ਰੀਤੀ, ਠੀਕ ਹੀ ਆ। ਪ੍ਰੀਤਾ ਇਸ ਲੜਕੀ ਦਾ ਨਾਮ ਹੈ ਮਨਜੀਤਾ, ਬਹੁਤ ਕਿਊਟ ਆ, ਬਹੁਤ ਕਿਊਟ ਆ। ਬੜੀਆਂ ਸੋਹਣੀਆਂ ਸੋਹਣੀਆਂ ਬੈਂਗਲਸ ਆ, ਕੜੇ ਆ, ਗਜਰੇ ਆ, ਇਹ ਰਹੀਆਂ ਬਹੁਤ ਹੀ ਚਮ ਚਮ ਕਰਦੀਆਂ ਨੇ, ਕਿੰਨੀਆਂ ਸੋਹਣੀਆਂ ਲੱਗਦੀਆਂ ਨਾ। ਜੀ ਆ ਪਾਣੀ ਦੀ ਖੋਲ ਕੇ, ਪਾਣੀ ਦਾ ਢੱਕਣ ਖੋਲ ਕੇ ਦਈ, ਪਾਣੀ ਪੀਣਾ ਮੈਂ। ਹਾਂ ਵੈਸੇ ਸੋਹਣਾ ਆ, ਤੇਰੇ ਕੋਲ ਗਾਊਨ ਆ ਜਿਹੜਾ ਉਹਦੇ ਨਾਲ ਮੈਚ ਹੋ ਜਾਣਾ, ਨਹੀਂ ਗਾਊਨ ਦੇ ਨਾਲ ਮੈਚ ਹੋ ਜਾਣਾ। ਕੋਈ ਆਇਆ ਪਸੰਦ ਤੈਨੂੰ? ਪਸੰਦ ਹੀ ਨਹੀਂ ਹੋਇਆ? ਮੈਨੂੰ ਤਾਂ ਸਾਰੀਆਂ ਸੋਹਣੀਆਂ ਲੱਗਦੀਆਂ, ਮੈਨੂੰ ਬੈਂਗਲਸ ਨਹੀਂ ਪਸੰਦ। ਨਹੀਂ ਉਹ ਹੁਣ ਮੈਂ ਵੀ ਪੀਣਾ ਯਾਰ, ਨਹੀਂ ਮੈਨੂੰ ਤੂੰ ਇਹਦਾ ਢੱਕਣ ਖੋਲ ਕੇ ਦੇ, ਗਲਾਸ ਦੀ ਤਰ੍ਹਾਂ ਪੀਣਾ ਮੈਂ। ਕੀ ਇਕੱਲੀਆਂ? ਲੈ ਲਾ ਇੱਧਰ ਆ ਜਾਓ, ਲੈ ਲਾ ਲੈ ਲਾ ਕਲੀਆਂ ਸੀ ਕਿਤੇ ਗੁੰਮ ਘਰ ਆਈ ਵੀ। ਸਟਾਲ ਦੇ ਉੱਤੇ ਜਾਵਾਂਗੇ, ਦੇਖਦੇ ਹਾਂ ਕੁਛ ਕਿਚਨ ਦੀਆਂ ਆਈਟਮ, ਲਾਈਟਰ ਪਹਿਲਾਂ ਤਾਂ। ਹਾਂ ਇਹ ਬਹੁਤ ਕਿਊਟ ਲੱਗਦੀ ਪਈ ਹੈ। ਫਿਲਹਾਲ ਇੱਥੋਂ ਸਾਨੂੰ ਕੁਛ ਵੀ ਇੱਦਾਂ ਦਾ ਪਸੰਦ ਨਹੀਂ ਆਇਆ, ਸਾਰਾ ਕੁਛ ਚੱਲੇ ਇੱਧਰ ਥੱਕ ਗਈ ਕਿ ਗੁਆਚ ਗਈ। ਹਾਂ ਹਾਂ ਬਿਲਕੁਲ ਬਿਲਕੁਲ, ਚਲੋ ਲੈ ਲਓ 5-10 ਕਿਲੋ। ਆ ਦੇਖੀ ਸਾਕਸ਼ੀ
ਲਾਈ ਜਰਾ ਬਹੁਤ ਭੈੜੀ ਲੱਗਣਾ ਵਿੰਡੋ ਸ਼ਾਪਿੰਗ ਹੀ ਹੋ ਰਹੀ ਇਹਨਾਂ ਦੀ, ਇਹਨਾਂ ਨੇ ਕੁਛ ਨੀ ਲਿਆ ਹਜੇ ਤੱਕ। ਅਕਸ਼ੀ ਸਾਡੀ ਚਾਹ ਪੌਣੀ ਟੁੱਟ ਗਈ ਹੈ, ਇੱਕ ਪੌਣੀ ਲੈ ਲਈ। ਹਾਂ ਵੈਸੇ ਸਟੀਲ ਦੀ ਹੁੰਦੀ ਨੀ ਆ, ਹੁੰਦੀ ਇਹ ਲੋਹੇ ਦੀ ਆ ਮੈਨੂੰ ਲੱਗਦਾ, ਹਨਾ, ਪਰ ਠੀਕ ਆ। ਪਰ ਇਹ ਕੱਪ ਦੇ ਉੱਤੇ ਸੈੱਟ ਨੀ ਨਾ ਆਉਂਦੀ, ਦੂਸਰੀ ਵੀ ਲੈ ਲਾ ਕੀਪ ਵਾਲੀ ਨਾ। ਹਾਂ ਇਹ ਠੀਕ ਆ। ਸਾਡੀ ਨਾਈਫ ਵੀ ਟੁੱਟ ਗਈ, ਦੋ ਦਿਨ ਹੋਏ ਆ, ਤੇ ਇੱਕ ਸਾਨੂੰ ਚਾਹੀਦੀ ਆ ਆਲੂ ਪੀਲਰ। ਨਾਈਫ ਦੋ ਲੈ ਲਾ। ਗਲਾਸੀ ਹਾਂ ਤੇਰੇ ਕੋਲ ਸੀ, ਪਾਰਸ ਕੋਲ ਵੀ ਸੀ ਤੇ ਮੈਨੂੰ ਕੋਲ ਵੀ ਸੀ। ਪੈਸੇ ਥੋੜੇ ਦੇਣੇ ਆ, ਪੈਸੇ ਨੀ ਦੇਣੇ ਆ ਮੇਰੇ ਪਰਸ ਚ। ਬੱਚਿਆਂ ਨੇ ਕੋਈ ਸਟਾਲ ਨੀ ਛੱਡਿਆ। ਸਮਝਦਾਰੀ ਦਾ ਪ੍ਰੂਫ ਦਿੰਦੇ ਹੋਏ ਬੱਚੇ ਅੱਗੇ ਵਧ ਰਹੇ ਆ ਕੋਈ ਸ਼ਾਪਿੰਗ ਨਾ ਕਰਕੇ। ਹਾਂ ਸੋਹਣਾ ਹੈ ਨਾ। ਹੈਗੇ ਆ ਬੂਟਾ ਮੰਡੀ ਤੇ ਇੱਥੇ ਹੈ, ਮਤਲਬ ਕਿ ਮੇਲਾ ਲੱਗਾ ਹੋਇਆ ਆ, ਸੋ ਆਪਾਂ ਇਸ ਕਰਕੇ ਇੱਥੇ ਘੁੰਮਣ ਆਏ ਆ। ਤੇ ਵਿਹਲੇ ਨੇ, ਮੇਰੇ ਪੇਪਰ ਵੀ ਖਤਮ ਹੋ ਗਏ ਸੀ ਤੇ ਸਾਡੇ ਘਰ ਦੇ ਬਿਲਕੁਲ ਨਜ਼ਦੀਕ ਲੱਗਦਾ, ਸੋ ਇਸ ਕਰਕੇ ਅਸੀਂ ਕਿਹਾ ਸਾਨੂੰ ਜਾਣਾ ਚਾਹੀਦਾ। ਸੋ ਮੇਰੇ ਕੰਮ ਆਉਣ ਵਾਲੀਆਂ ਚੀਜ਼ਾਂ ਆ ਵੀ ਪ੍ਰੋਪਰ ਪੰਜਾਬੀ ਵਾਲਾ ਫੋਕ ਇਕਦਮ, ਜਿਹੜੇ ਪਿਛਲੇ 1980s ਵਿੱਚ ਜਿਹੜੇ ਪਾਉਂਦੇ ਸੀ ਲੋਕ। ਸਾਈਡ ਬੈਗ ਕਿੰਨੇ ਪਿਆਰੇ ਪਿਆਰੇ ਆ, ਇਹ ਸੂਟ ਦੇ ਨਾਲ ਪੈ ਜਾਂਦੇ ਆ। ਪਾਂਡੇ ਤਾਂ ਆਪਣੇ ਨਾਲ ਆਏ, ਇੱਕ ਆ ਰਿਹਾ ਇੱਕ ਹੋ ਰਿਹਾ। ਪਾਂਡਾ ਕੋ ਪਾਂਡਾ ਕਿਹਾ ਤੂੰ ਜੀਆ ਨੂੰ? ਜੀਆ ਇਹਨੇ ਤੈਨੂੰ ਪਾਂਡਾ ਕਿਹਾ? ਜੀਆ ਨਹੀਂ, ਇਹਨੇ ਤੈਨੂੰ ਪਾਂਡਾ ਕਿਹਾ। ਪਾਂਡਾ ਜੀਆ ਚੱਕ ਕੇ ਮਾਰੇ ਤੇ ਕੁਛ ਡੈਡੀ ਮਾਰੇ ਤੇ ਚੱਕ ਕੇ ਸਾਕਸ਼ੀ ਜੀ ਉਹਨੂੰ ਕਹਿੰਦੀ ਭਾਂਡਾ ਆ ਦੇਖ ਭਾਂਡਾ ਜੀ। ਇੱਥੋਂ ਲੱਗਦਾ ਆ ਸਾਡੇ ਮਤਲਬ ਦਾ ਕੁਛ ਮਿਲ ਜਾਊਗਾ। ਤੂੰ ਆਪੇ ਤਾਂ ਭਾਂਡੇ ਭਾਂਡੇ ਕਰ ਦਈਂ। ਹਾਂ ਜਿਹੜੇ ਕੋਈ ਜ਼ਰੂਰਤ ਵਾਲੇ ਆ ਦੇਖਦੇ ਆ ਕੁਛ ਨਾ ਕੁਛ। ਕਿੰਨੀ ਵੱਡੀ ਕੜਛੀ ਯਾਰ, ਆ ਕਿੰਨਾ ਵੱਡਾ। ਹਾਂ ਇਹ ਬੜੇ ਕੰਮ ਦੀਆਂ ਚੀਜ਼ਾਂ ਆ, ਆਹ ਦੇਖ ਲਓ ਇਹਨੂੰ ਹੀ ਲੈ ਕੇ ਜਾਓ ਮੈਂ ਦੁੱਧ ਭਰਾਣ ਨੂੰ। ਹਾਂ ਤੇਰੇ ਲਈ ਤਾਂ ਇਹੀ ਠੀਕ ਆ। ਚੱਲ ਰਿਹਾ ਆ ਕੀਰਤਨ ਔਰ ਬੈਠੇ ਹੋਏ ਨੇ ਰਾਗੀ ਜਥਾ ਬੈਠਾ ਹੋਇਆ। ਗਾਈਜ਼ ਆ ਦੇਖੋ ਝੂਲੇ, ਆ ਦੇਖੋ ਗਾਈਜ਼ ਕਿਡਨੈਪਰਸ ਦੀ ਗੱਡੀ ਆ ਜਾਓ।
ਤਿੰਨੋਂ ਇੱਕੋ ਜਿਹੇ ਲੱਗਦੇ। ਹਾਂ ਅੰਮਾ ਉਹ ਜਿਹੜਾ ਸਭ ਤੋਂ ਉੱਪਰ ਵੱਡਾ ਹੈ ਗੋਲ ਘੁੰਮ ਰਿਹਾ ਨਾ ਉਹ ਚ ਬਹਿਣਾ। ਰਵਿਦਾਸ ਚੌਂਕ ਔਰ ਉਹ ਸਾਹਮਣੇ ਹੈਗੀ ਹੈ ਰਵਿਦਾਸ ਮਾਰਕੀਟ। ਉੱਥੇ ਹਰ ਸਾਲ ਮਹਾਰਾਜ ਦੇ ਜਨਮ ਦਿਨ ਤੇ ਮਤਲਬ ਗੁਰਪੁਰਬ ਹੁੰਦਾ ਜਦੋਂ ਗੁਰੂ ਰਵਿਦਾਸ ਜੀ ਦਾ, ਤਾਂ ਉੱਥੇ ਝੂਲੇ ਲਗਾਏ ਜਾਂਦੇ ਆ। ਸੋ ਹੁਣ ਨਾ ਜੀਆ ਦੀ ਜਿਹੜੀ ਫਰੈਂਡ ਆ ਨਾ ਉਹ ਸਕਾਈ ਜੰਪਰ ਇੱਥੇ ਖੁੱਲਾ ਨਾ ਨਿਊ ਉੱਥੇ ਆ ਰਹੀ ਹੈ ਉਹਦੇ ਸਾਹਮਣੇ, ਉਹ ਇਹਦੇ ਕਰਕੇ ਆ ਰਹੀ ਹੈ ਘੁੰਮਣਾ ਇਹਨਾਂ ਨੂੰ। ਪਰ ਹੁਣ ਬਣਿਆ ਨਾ ਇੱਥੇ ਪਹਿਲਾਂ ਮੌਤ ਦਾ ਕੂਆ ਖੇਲ ਹੁੰਦਾ ਸੀ ਤੇ ਉਹ ਮੇਲੇ ਦੇ ਵਿੱਚ ਹਰ ਸਾਲ ਇੱਥੇ ਹੁੰਦਾ ਸੀ। ਹਾਂ ਉਹ ਦੇਖੋ ਗਾਇਸ ਸਕਾਈ ਜੰਪਰ ਸਾਹਮਣੇ ਜੀਆ ਦੀ ਫਰੈਂਡ ਨੇ ਇਹਦੇ ਸਾਹਮਣੇ ਆਣਾ ਆ। ਸੋ ਫਿਰ ਆਪਾਂ ਸਾਰੇ ਇਕੱਠੇ ਘੁੰਮਣ ਜਾਵਾਂਗੇ। ਇੱਥੇ ਖਾਣ ਨੂੰ ਵੀ ਬਹੁਤ ਕੁਛ ਹੁੰਦਾ ਆ ਬਟ ਮਨਾ ਕੀਤਾ ਹੋਇਆ ਖਾਣ ਨੂੰ, ਬਾਹਰਲਾ ਕੁਛ ਅਸੀਂ ਨਹੀਂ ਖਾਣਾ ਹੈਗਾ। ਸੋ ਜੀਆ ਤੇਰੀ ਫਰੈਂਡ ਆਣਾ ਹੈ ਹਲੇ। ਓਕੇ ਗਾਈਸ ਦਿਸ ਇਜ਼ ਸਕਾਈ ਜੰਪਰ, ਇਹ ਸਾਡੇ ਇੱਥੇ ਜਲੰਧਰ ਵਿੱਚ ਫਸਟ ਸਕਾਈ ਜੰਪਰ ਖੁੱਲ੍ਹਾ ਆ। ਗੇਟ ਵਾਲੀ ਗੱਡੀ ਖੜੀ ਆ, ਉਧਰ ਐਂਬੂਲੈਂਸ ਖੜੀ ਆ ਸਾਹਮਣੇ, ਇਧਰ ਸਿਕਿਉਰਿਟੀ ਵੀ ਕਾਫੀ ਟਾਈਟ ਆ, ਥਾਂ ਥਾਂ ਤੇ ਪੁਲਿਸ ਦੇ ਨਾਕੇ ਲੱਗੇ ਹੋਏ ਆ, ਰਸਤੇ ਵੀ ਬੰਦ ਆ। ਆ ਦੇਖੋ ਪੁਲਿਸ ਦੀ ਗੱਡੀ ਹੋਣੀ ਇਧਰੋਂ ਲੰਘ ਰਹੀ ਆ ਇੱਕ, ਆ ਇਧਰ ਆਪਣੇ ਬੰਦੇ ਆ ਰਹੇ ਆ ਸਾਰੇ, ਇਹ ਕਿਤੇ ਗਵਾਚ ਨਾ ਜਾਣ ਇਸ ਕਰਕੇ ਪੁਲਿਸ ਇੱਥੇ ਖੜੀ ਹੋਈ ਆ। ਹਾਂਜੀ ਖੁਸ਼ ਹੋ, ਮਨਮੀਤ ਆ ਗਈ ਮਾਂ ਤੇ ਭਾਵਿਕਾ ਕਿੱਧਰ ਗਈ, ਖਾਣ ਲੱਗੇ ਆ ਗੋਲ ਗੱਪੇ। ਹਾਂਜੀ ਸੋ ਗਾਇਸ ਆਪਾਂ ਗੋਲ ਗੱਪੇ ਖਾ ਚੁੱਕੇ ਹਾਂ ਤੇ ਹੁਣ ਆਪਾਂ ਵਧਾਂਗੇ ਬਰਗਰ ਦੀ ਔਰ। ਮੈਂ ਖਾਣੇ ਨਹੀਂ ਸੀਗੇ, ਮੰਮਾ ਨੇ ਜ਼ਬਰਦਸਤੀ ਖਵਾਏ ਨੇ, ਉਹ ਵੀ ਮੈਂ ਦੋ ਹੀ ਖਾਧੇ ਆ ਬਸ। ਤੁਸੀਂ ਸੋਚ ਸਕਦੇ ਕਿ ਕੋਈ ਕਰ ਸਕਦਾ ਆ ਆਰਾਮ ਨਾਲ ਕਰ ਸਕਦਾ। ਹੁਣ ਆਪਾਂ ਜਾਵਾਂਗੇ ਬਰਗਰ ਖਾਣ, ਪਰਲੀ ਸਾਈਡ ਮਾਸੀ ਹੋਣੀ ਗਏ ਉਹਨਾਂ ਦੇ ਵੱਲ ਜਾਵਾਂਗੇ। ਚੱਕ ਦੋ ਫੱਟੇ, ਚੱਕੋ ਚੱਕੋ ਜਲਦੀ ਜਲਦੀ ਸੇ। ਇਹ ਕੁੜੀ ਦਾ ਨਾਮ ਕੀ ਹੈ? ਮਨਮੀਤ। ਚਲੋ ਆ ਜਾਓ ਆ ਜਾਓ, ਖੜ ਕੇ ਖਾਣਾ ਚੱਲਦੇ ਚੱਲੋ ਤਾਂ ਖਾਂਦੇ ਚੱਲੋ ਆ ਜਾਓ। ਹਾਂਜੀ ਵਲੌਗਰ ਸਾਹਿਬ ਖਾਓ ਖਾਓ, ਜਦੋਂ ਵਲੌਗ ਦੇਖਿਆ ਨਾ ਪਾਪਾ ਨੇ ਤੁਸੀਂ ਹਟੀਆਂ ਨੀ ਨਾ, ਖਾਓ ਖਾਓ ਚਲੋ। ਪਾਰਟੀ ਸਾਰੇ ਬਰਗਰ ਖਾਂਦੀ ਹੋਈ, ਸਾਡੀ ਫੌਜ ਸਾਡੇ ਨਾਲ ਤੁਰੀ ਹੋਈ ਆ, ਇਹਨਾਂ ਨੇ ਆਪਣਾ ਜੁਗਾੜ ਬਣਾਇਆ ਹੋਇਆ ਆ। ਛੋਟੀ ਜਿਹੀ ਰੇਹੜੀ ਆ ਤੇ ਉਹਦੇ ਉੱਤੇ ਕਿੰਨਾ ਸਾਰਾ ਸਮਾਨ ਲੱਗਾ ਹੋਇਆ। ਸਮਾਨ ਕਿੰਨਾ ਆ ਗਿਆ ਉੱਤੇ ਦੇਖ ਹਨਾ। ਇਹ ਹੈ ਗੁਰੂ ਰਵਿਦਾਸ ਮਾਰਕੀਟ ਤੇ ਇਹਦੇ ਵਿੱਚ ਹਰ ਸਾਲ ਝੂਲੇ ਜਿਹੜੇ ਆ ਲਗਾਏ ਜਾਂਦੇ ਆ। ਅਜੇ ਚੱਲਿਆ ਨਹੀਂ ਆ ਜੀ ਆ, ਤੂੰ ਕਿਹਨੂੰ ਰੋਇਆ? ਤੈਨੂੰ ਮੈਂ ਦੱਸਦੀ ਹਾਂ, ਇਹ ਚ ਦਵਾਈ ਪਾ ਕੇ ਪੀ ਲਈ ਦੀ ਆ। ਕਿੰਨਾ ਕਿਊਟ ਆ, ਨਿੱਕੂ ਜਿਹਾ ਚਾਏ ਮਤ ਪੀਣਾ ਕਿਉਂਕਿ ਇਹ ਸ਼ਰਾਬ ਆ ਰਿਹਾ। ਟੋਰਟੋਇਸ ਇਹ ਵਧੀਆ ਹੁੰਦਾ ਘਰ ਚ ਰੱਖਣਾ।
ਅੱਗੇ ਸੀਗਾ ਜਾਂ ਆਪਣੇ ਵਧੀਆ ਸੀਗਾ ਚਲੇ ਚੱਕ ਦੋ ਫੱਟੇ ਮੁੱਛਾਂ ਨੀ ਲੱਗੀਆਂ ਇਹਦਾ ਮੁੱਛਾਂ ਲੱਗਦੀਆਂ ਹੁੰਦੀਆਂ ਚੈੱਕ ਕਰਦੇ ਆ ਲੱਗੀਆਂ ਨਹੀਂ ਲੱਗੀਆਂ ਪੀ ਲਿਆ ਸਾਰਿਆਂ ਨੇ ਮੈਂ ਤਾਂ ਮੁੱਛਾਂ ਦੇਖਣੀਆਂ ਸੀਗੀਆਂ ਮੈਂ ਮੁੱਛਾਂ ਨੀ ਲੱਗੀਆਂ ਜੀਆ ਆਹ ਦੇਖ ਲੱਗ ਗਈਆਂ ਨਾ ਜਨਮ ਲੈ ਲਿਆ ਹੈਲੋ ਨਾਇਰਾ ਇਹ ਨਾਇਰਾ ਬੜਾ ਪਿਆਰਾ ਜਿਹਾ ਬੱਚਾ ਹੈ ਬੜੀ ਪਿਆਰੀ ਹੈ ਹਾਂ ਅਸੀਂ ਕਾਫੀ ਦੇਰ ਇਕੱਠੇ ਰਹੇ ਹਾਂ ਇਹ ਸਲਮਾ ਇਹ ਸਾਰੀ ਇਹਨਾਂ ਦੀ ਫੈਮਿਲੀ ਆ ਹਾਂ ਬਹੁਤ ਦੇਰ ਇਕੱਠੇ ਰਹੇ ਆ ਸਹੀ ਗੱਲ ਆ ਠੀਕ ਹੈ ਬੱਚੇ ਹੋ ਗਏ ਲੋਟ ਆਹ ਦੇਖੋ ਹੁਣ ਸੁੱਤੇ ਪਏ ਆ ਸਾਡੀਆਂ ਇੱਥੇ ਝੋਲੀ ਚ ਲੱਤਾਂ ਰੱਖ ਰੱਖ ਕੇ ਸਭ ਚੱਲੀਏ ਪਾਰਸ ਨੇ ਬਣਵਾ ਲਏ ਅੱਜ ਕੱਲ ਘਰੇ ਲਿਆ ਉਹ ਕੰਮ ਦਿਖਾਈ ਜਰਾ ਰਾਂਝਾ ਰਾਂਝਾ ਬਣ ਗਿਆ ਦੇਖ ਲਾ ਹੁਣ ਦੇਖਦਾ ਆਪਣੀ ਸ਼ਕਲ ਮੇਲੇ ਦੇ ਵਿਚ ਕੁਛ ਚੰਗਾ ਵੀ ਹੋਇਆ ਤੇ ਕੁਛ ਮਾੜਾ ਵੀ ਹੋਇਆ ਮਾੜਾ ਇਹ ਹੋਇਆ ਸੀ ਕਿ ਸਾਡੇ ਤਾਂ ਇਕਦਮ ਹੋਸ਼ ਜਿਹੜੇ ਆ ਸਾਡੇ ਉੱਡ ਗਏ ਸੀ ਮੇਰਾ ਦਿਲ ਮੇਰੇ ਮੂੰਹ ਚ ਆ ਗਿਆ ਸੀ ਬਾਹਰ ਹੀ ਆਉਣ ਲੱਗਾ ਸੀ ਹੋਇਆ ਇਦਾਂ ਕਿ ਸਾਡਾ ਮੋਬਾਈਲ ਸਾਨੂੰ ਲੱਗਾ ਕਿ ਚੋਰੀ ਹੋ ਚੁੱਕਾ ਆ ਪਰ ਉਹ ਹੈਗਾ ਇਹਦੀ ਪਾਕਟ ਦੇ ਵਿੱਚ ਸੀਗਾ ਸਾਰੇ ਪਾਸੇ ਲੱਭਦੇ ਰਹੇ ਪਰ ਸਾਨੂੰ ਲੱਭਾ ਨਹੀਂ ਅਸੀਂ ਉਹ ਬਣਾਉਣ ਲੱਗ ਪਏ ਸੀ ਵੀਡੀਓ ਪਰ ਸੋ ਤਾਂ ਤੇਰੇ ਵਰਗੇ ਹੀ ਲੱਗਦੇ ਸੀ ਸਾਰੇ ਸੀਰੀਅਸਲੀ ਹਾਂ ਮੈਂ ਨਹੀਂ ਇੰਨੀ ਦਿਖਦੀ ਸੀ ਉਹਨਾਂ ਵਿੱਚ ਮਿਲਦੀ ਜੁਲਦੀ ਹੈ ਜ਼ਿਆਦਾ ਹਾਂ ਹਾਂਜੀ ਸੋ ਗਾਇਸ ਅਸੀਂ ਹੋ ਚੁੱਕੇ ਹਾਂ ਫ੍ਰੀ ਅਤੇ ਆਪਾਂ ਹੁਣ ਜਾ ਰਹੇ ਹਾਂ ਘਰੇ ਅਤੇ ਆਪਣੀ ਬੱਸ ਹੋ ਚੁੱਕੀ ਹੈ ਅਤੇ ਅਭੀ ਭਾਅ ਜੀ ਸਾਨੂੰ ਲੈਣ ਆ ਰਹੇ ਹਾਂ ਆਪਾਂ ਤੈਨੂੰ ਮੈਂ ਮੰਮਾ ਅਤੇ ਪਾਰਸ ਭਾਅ ਜੀ ਆਪਾਂ ਜਾ ਰਹੇ ਘਰੇ ਅਤੇ ਮਾਸੀ ਹੁਣਾਂ ਨੂੰ ਪਾਰਸ ਭਾਅ ਜੀ ਠਹਿਰ ਕੇ ਲੈ ਜਾਣਗੇ ਉਹ ਹਜੇ ਥੋੜ੍ਹਾ ਖੇਡ ਕੂਦ ਕਰ ਰਹੀਆਂ ਆ ਮੇਰਾ ਝੂਟੇ ਲੈਣ ਦਾ ਦਿਲ ਨਹੀਂ ਸੀਗਾ ਮੇਰੀ ਤਬੀਅਤ ਥੋੜ੍ਹੀ ਆਹੋ ਉੱਤੇ ਉਹਨਾਂ ਨੂੰ ਚੜ੍ਹਨ ਨਹੀਂ ਦਿੱਤਾ ਕਹਿੰਦੇ ਵੱਡੀਆਂ ਹੋ ਗਈਆਂ ਹੁਣ ਮੈਂ ਕਿਹਾ ਉਹਨਾਂ ਨੂੰ ਕਹਿਣਾ ਸੀ ਇੱਦਾਂ ਦੀ ਮਾਸੀ ਤਿਆਰ ਸੀ ਸੋ ਮੇਰੀ ਤਬੀਅਤ ਥੋੜ੍ਹੀ ਠੀਕ ਨਹੀਂ ਫੀਲ ਕਰ ਰਹੀ ਸੀ ਮੈਂ ਮਤਲਬ ਤੋਂ ਇਸ ਕਰਕੇ ਮੈਂ ਹੁਣ ਜਾ ਰਹੀ ਹਾਂ ਵੈਸੇ ਵੀ ਮੈਂ ਘਰੇ ਜਾ ਕੇ ਈਵੀਐਸ ਦੀ ਪ੍ਰੈਕਟੀਕਲ ਬਣਾ ਹੁਣ ਇੱਧਰ ਆ ਹੀ ਰਹੇ ਆ ਥੋੜ੍ਹੀ ਦੇਰ 'ਚ ਪਹੁੰਚਣ ਵਾਲੇ ਪ੍ਰਿਥਵੀ ਪਲੈਨਟ ਦੇ ਕੋਲ ਆ ਜਿਹੜਾ ਆਉਂਦਾ ਉਹਦੇ ਨਾਲ ਹੀ ਬਹਿ ਜਾਂਦੇ ਆ ਆਹ ਦੇਖ ਲਓ ਹੁਣ ਪਤਾ ਨਹੀਂ ਕਿਹਦੇ ਨਾਲ ਬੈਠੇ ਹੋਏ ਆ ਗਾਇਜ਼ ਇਹ ਹੈ ਪ੍ਰਿਥਵੀ ਪਲੈਨਟ ਜੋ ਕਿ ਜਲੰਧਰ ਮੇ ਹੈ ਅਭੀ ਭਾਅ ਜੀ ਔਰ ਇਹ ਸਾਰਾ ਏਰੀਆ ਹੈਗਾ ਆ ਇਹ ਕਿਹੜਾ ਹੈ ਮਾਡਲ ਆ ਉਸ ਆ ਇਹ ਨਹੀਂ ਇਹ ਜੀ ਟੀ ਵੀ ਆ ਹਾਂ ਜੀ ਟੀ ਵੀ ਹੁਣ ਮੰਮਾ ਚਲੋ ਉਹ ਇੱਧਰ ਨਹੀਂ ਲਿਆਣਗੇ ਚਲੋ ਉੱਧਰ ਹੀ
ਕਿੱਦਾਂ ਦਾ ਲੱਗਦਾ? ਦੇਖੋ ਕੰਨ ਬਣਵਾਏ ਆ, ਪਿਛਲੇ ਸ਼ੀਸ਼ੇ ਖੋਲ ਕੇ ਬਹਿ ਜਾਓ, ਆ ਦੇਖੋ ਇੱਧਰ ਵੀ। ਨਨੂ ਸੱਚੀ ਤੇਰੇ ਵੀ ਬਣਾ ਦੇਣੇ ਆ। ਲੈ ਕਿਉਂ ਹੋਰ, ਮੈਂ ਇੰਨੇ ਟਾਈਮ ਦਾ ਖੜਾ ਹੀ ਉਦੋਂ ਆਈ ਨੀ। ਦਿਖਾਈ ਕੰਨ ਤਾਂ ਦਿਖਾਈ ਆਪਣਾ, ਦਿਖਾ ਤਾਂ ਸਹੀ, ਦਿਖਾ ਤਾਂ ਦੋ ਵਿੱਚ ਕੀ ਆ ਬਿਲਕੁਲ ਦਰਦ ਨੀ ਹੋਣੀ। ਚੁੰਡੀ ਵਾਲੇ ਸੀ ਯਾਰ, ਇੱਕ ਥੱਲੇ ਡਿੱਗ ਗਿਆ ਉਹਨੂੰ ਤਾਂ ਲੱਭੋ ਲੱਭ ਕੇ ਦੇ। ਮੇਲੇ ਦੇ ਵਿੱਚ ਕੁਛ ਚੰਗਾ ਵੀ ਹੋਇਆ ਤੇ ਕੁਛ ਮਾੜਾ ਵੀ ਹੋਇਆ। ਨਾਓ ਵੀ ਆਰ ਬੈਕ ਹੋਮ ਤੇ ਅੱਜ ਕਾਫੀ ਥੱਕ ਹੋ ਗਿਆ, ਮੈਂ ਵੀ ਕਾਫੀ, ਮੈਂ ਥੋੜਾ ਠੀਕ ਨਹੀਂ ਫੀਲ ਕਰ ਰਹੀ ਸੀ, ਸੋ ਇਸ ਕਰਕੇ ਮੈਂ ਵਾਪਸ ਘਰੇ ਆ ਗਈ ਤੇ ਮੈਂ ਐਕਚੁਅਲੀ ਚੱਕਰ ਆਉਣ ਲੱਗ ਪਏ ਸੀਗੇ। ਉੱਥੇ ਬਹੁਤ ਜ਼ਿਆਦਾ ਘੁੰਮ ਲਿਆ, ਉੱਪਰ ਧੁੱਪ ਬਹੁਤ ਸੀਗੀ, ਧੁੱਪੇ ਮੈਨੂੰ ਉੱਦਾਂ ਹੀ ਪ੍ਰੋਬਲਮ ਹੁੰਦੀ ਆ, ਬਹੁਤ ਜ਼ਿਆਦਾ ਧੁੱਪੇ ਘੁੰਮ ਲਵਾਂ। ਸੋ ਹੁਣ ਮੈਂ ਕਰ ਰਹੀ ਹਾਂ ਮਾਸੀ ਉਹਨਾਂ ਦੀ ਵੇਟ, ਉਹ ਕਦੋਂ ਆਉਣਗੇ, ਉਹ ਹਜੇ ਉੱਥੇ ਹੀ ਸੀਗੇ ਅਤੇ ਉਹਨਾਂ ਨੇ ਆ ਜਾਣਾ ਥੋੜ੍ਹੀ ਦੇਰ ਤੱਕ ਅਤੇ ਪਾਰਸ ਭਾਅ ਜੀ ਉਹਨਾਂ ਨੂੰ ਲੈਣ ਜਾਣਗੇ, ਉਹ ਕਾਲ ਕਰ ਦੇਣਗੇ ਪਹਿਲਾਂ। ਸੋ ਮੰਮਾ ਕਿਚਨ ਵਿੱਚ ਕਰ ਰਹੇ ਆ ਡਿਨਰ ਦੀ ਤਿਆਰੀ ਸ਼ਿਆਰੀ, ਅਤੇ ਕਿਉਂਕਿ ਜਦੋਂ ਆਉਣਗੇ ਉਹਨਾਂ ਨੂੰ ਭੁੱਖ ਲੱਗੀ ਹੋਊਗੀ। ਸੋ ਮੰਮਾ ਕਹਿ ਰਹੇ ਸੀ ਕਿ ਆਪਾਂ ਪਹਿਲਾਂ ਡਿਨਰ ਵਗੈਰਾ ਰੈਡੀ ਕਰਕੇ ਰੱਖ ਲੈਂਦੇ ਹਾਂ। ਸੋ ਉਹ ਵੀ ਸਭ ਕੁਛ ਹੋ ਚੁੱਕਾ, ਮੰਮਾ ਦੀ ਹੈਲਪ ਕਰਾ ਚੁੱਕੀ ਹਾਂ, ਮੈਂ ਅੰਦਰੋਂ ਸਾਰਾ ਕਲੀਨ ਵਗੈਰਾ ਕਰ ਲਿਆ, ਸਾਰਾ ਸਮਾਨ ਵਗੈਰਾ ਸੈੱਟ ਕਰਕੇ ਰੱਖ ਲਿਆ ਆ, ਅਤੇ ਹੁਣ ਮੈਂ ਬੈਠਣ ਲੱਗੀ ਹਾਂ ਰਜਾਈ ਵਿੱਚ ਅਤੇ ਥੋੜ੍ਹੀ ਦੇਰ ਸੋ ਜੂੰਗੀ, ਕਿਉਂਕਿ ਮੈਨੂੰ ਲੱਗਦਾ ਕਿ ਮੈਨੂੰ ਡਰੈਸ ਦੀ ਜ਼ਰੂਰਤ ਹੈ। ਅਤੇ ਉੱਠ ਕੇ ਮੈਂ ਬਣਾਉਂਗੀ ਈ ਵੀ ਐੱਸ ਦੀ ਪ੍ਰੈਕਟੀਕਲ, ਕਿਉਂਕਿ ਮੰਡੇ ਨੂੰ ਮੈਂ ਡਿਪੋਜ਼ਿਟ ਕਰਵਾਉਣੀ ਹੈ।